ਪਟਰੀ ਚ ਨਹੀਂ ਕਰਨਾ ਹੈ।
ਵਾਹ ਖਾਲਸਾ ਵਾਹਿਗੁਰੂ ਫਤਿਹ। ਅੱਜ ਅਸੀਂ ਆਏ ਹੈਗੇ ਯੂਕੇ ਤੋਂ ਆਏ ਹੈਗੇ, ਮੇਰਾ ਨਾਂ ਕੈਮ ਸਿੰਘ ਆ। ਸਾਡੇ ਨਾਲ ਜੱਥਾ ਪੰਜਾਬਾਂ ਦਾ ਆਇਆ ਹੈਗਾ ਵਾ, ਕੈਨੇਡਾ ਤੋਂ, ਯੂਰਪ ਤੋਂ, ਇੰਡੀਆ ਤੋਂ, ਯੂਕੇ ਤੋਂ, ਸਾਰੇ ਇਕੱਠੇ ਹੋ ਕੇ ਵਿਸਾਖੀ ਮਨਾਉਣ ਵਾਸਤੇ ਅਸੀਂ ਪਾਕਿਸਤਾਨ ਨਨਕਾਣਾ ਸਾਹਿਬ ਪੰਜਾ ਸਾਹਿਬ ਆ ਕੇ ਦਰਸ਼ਨ ਕੀਤੇ ਹੈਗੇ ਆ, ਅਤੇ ਬੜਾ ਹੀ ਸੋਹਣਾ ਲੱਗਾ ਹੈਗਾ ਵਾ। ਮਾਲਕ ਦੀ ਕਿਰਪਾ ਦੇ ਨਾਲ ਬਹੁਤ ਪਿਆਰ ਅਤੇ ਸਤਿਕਾਰ ਮਿਲਿਆ ਹੈਗਾ ਵਾ, ਸਰਕਾਰ ਵੱਲੋਂ ਵੀ, ਪੁਲਿਸ ਵੱਲੋਂ ਵੀ, ਅਤੇ ਇੱਥੇ ਦੇ ਜਿਹੜੇ ਆਮ ਲੋਕ ਨੇ ਉਹਨਾਂ ਵੱਲੋਂ ਵੀ, ਜਿੱਥੇ ਵੀ ਜਾਈਦਾ ਵਾ ਬੜੇ ਪਿਆਰ ਸਤਿਕਾਰ ਨਾਲ ਹੱਸ ਕੇ ਜੱਫੀ ਨਾਲ ਮਨਾਉਂਦੇ ਹੈਗੇ ਆ, ਬਿਕੋਜ਼ ਆਪਣੇ ਘਰ ਹੀ ਆਏ ਹੋਏ ਆ। ਪੰਜਾਬ ਏਕ ਆ, ਮਾਲਕ ਕਿਰਪਾ ਕਰਨ ਇਸ ਤਰ੍ਹਾਂ ਹੀ ਪਿਆਰ ਵਧਾਉਂਦੇ ਰਹਿਣ, ਬਿਕੋਜ਼ ਜਿਹੜੀ ਪਿਆਰ ਦੀ ਜਿਹੜੀ ਕਹਾਣੀ ਆ ਉਹ ਪੱਲਾ ਵੀ ਸੀਗੀ ਅਤੇ ਵਾਹ ਵੀ ਹੋਣੀ ਚਾਹੀਦੀ ਆ। ਜਿਹੜੀ ਨਫ਼ਰਤ ਪੈਦਾ ਕਰਨ ਵਾਲੀ ਸੀ ਉਹ ਨਫ਼ਰਤ ਪਾ ਗਏ, ਪਰ ਪਿਆਰ ਵਾਲੇ ਫਿਰ ਇੱਕ ਵਾਰੀ ਸ਼ੁਰੂ ਕੀਤਾ ਵਾ। ਅਤੇ ਜਿਹੜਾ ਇਹ ਕੰਮ ਕੀਤਾ ਸਰਕਾਰ ਨੇ, ਇਹ ਕੋਰੀਡੋਰ ਖੋਲ੍ਹਣ ਦਾ, ਇਹ ਬਹੁਤ ਸੋਹਣਾ ਉਪਰਾਲਾ ਸੀਗਾ, ਕਦਮ ਸੀਗਾ ਕਮਿਊਨਿਟੀ ਨੂੰ ਇਕੱਠੇ ਲੈ ਆਉਣ ਵਾਸਤੇ। ਅਤੇ ਇਹ ਬੜੀ ਸੋਹਣੀ ਗੱਲ ਆ ਕਿ ਅੱਜ ਤੁਸੀਂ ਦੇਖ ਸਕਦੇ ਇਹ ਟ੍ਰੇਨ ਸ਼੍ਰੀ ਕਰਤਾਰਪੁਰ ਸਾਹਿਬ ਨੂੰ ਪਹਿਲੀ ਵਾਰੀ ਜਾ ਰਹੀ ਹੈਗੀ ਹੈ, ਅਤੇ ਉਹ ਸ਼੍ਰੀ ਕਰਤਾਰਪੁਰ ਸਾਹਿਬ ਦੀ ਕਮੇਟੀ ਪਾਕਿਸਤਾਨੀ ਗਵਰਨਮੈਂਟ ਦੇ ਨਾਲ ਮਿਲ ਕੇ ਇਹ ਲੈ ਕੇ ਜਾ ਰਹੇ ਹੈਗੇ ਆ। ਅਤੇ ਇਹਦੇ ਵਿੱਚ ਮੁਸਲਮਾਨ, ਈਸਾਈ, ਹਿੰਦੂ, ਸਿੱਖ ਵੀਰ ਸਾਰੇ ਇਕੱਠੇ ਹੋ ਕੇ ਰਲ ਮਿਲ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਦੇ ਸ਼੍ਰੀ ਕਰਤਾਰਪੁਰ ਸਾਹਿਬ ਦੇ ਗੁਰਦੁਆਰੇ ਦਰਸ਼ਨ ਕਰਕੇ ਵਿਸਾਖੀ ਮਨਾਉਣ ਜਾ ਰਹੇ ਆ। ਇਹ ਬੜਾ ਸੋਹਣਾ ਇੱਕ ਮੈਸੇਜ ਜਾ ਰਿਹਾ ਹੈਗਾ ਵਾ, ਸਾਂਝਤਾ ਦਾ ਅਤੇ ਪਿਆਰ ਦਾ, ਅਤੇ ਬੜੀ ਸੋਹਣੀ ਇਹ ਪ੍ਰੋਜੈਕਟ ਆ। ਅਤੇ ਅਸੀਂ ਧੰਨਵਾਦ ਕਰਦੇ ਹਾਂ ਅਤੇ ਕੰਗਰੈਚੁਲੇਟ ਕਰਦੇ ਹਾਂ ਇੱਥੇ ਦੇ ਸਰਕਾਰ ਨੂੰ ਅਤੇ ਇੱਥੇ ਦੇ ਪ੍ਰਬੰਧਕ ਨੂੰ, ਜਿਨ੍ਹਾਂ ਨੇ ਆਹ ਸੋਹਣਾ ਉਪਰਾਲਾ ਸੋਚਿਆ ਅਤੇ ਕੀਤਾ ਵਾ।